ਪੁਰਾਣੇ ਜ਼ਮਾਨੇ ਵਿੱਚ ਇਕੱਠੇ ਬਹਿ ਕੇ ਰਲ ਕੇ ਮਿਲ ਕੇ ਹਾਂਜੀ ਭੋਜਨ ਸ਼ਕਨਾ ਹਮ ਰਲ ਮਿਲ ਕੇ ਭੋਜਨ ਸ਼ਕਨਾ ਇਹ ਤਾਂ ਇੱਕ ਬਹੁਤ ਬੇ ਬੇਸਿਕ ਇੱਕ ਆਦਤ ਸੀ ਹਰ ਘਰ ਦੇ ਵਿੱਚ ਹਾਂਜੀ ਕਿਉਂਕਿ ਪਰਿਵਾਰ ਜੁਆਇੰਟ ਸੀ ਜੀ ਅਤੇ ਸਾਰੇ ਇਕੱਠੇ ਰਲ ਮਿਲ ਕੇ ਬੈਠ ਕੇ ਇੱਕ ਜਗ੍ਹਾ ਇਕੱਠੇ ਬਹਿ ਕੇ ਖਾਣਾ ਖਾਂਦੇ ਸੀ ਉਹਦੇ ਉਹਦੀ ਰੰਗਤ ਤੇ ਉਹਦਾ ਇੱਕ ਨਜ਼ਾਰਾ ਹੀ ਅਲੱਗ ਸੀ ਬਿਲਕੁਲ ਕਿਉਂਕਿ ਜਦੋਂ ਰਲ ਮਿਲ ਕੇ ਬੈਠ ਕੇ ਅਸੀਂ ਖਾਣਾ ਖਾਂਦੇ ਹਾਂ ਕੁਝ ਗੱਲਾਂ ਵੀ ਸਾਂਝੀਆਂ ਹੁੰਦੀਆਂ ਨੇ ਹਾਂਜੀ ਵੱਡੇ ਬਜ਼ੁਰਗ ਛੋਟੇ ਬੱਚੇ ਅਡਲਟਸ ਸਾਰੇ ਇੱਕੋ ਜਗ੍ਹਾ ਬੈਠੇ ਹੁੰਦੇ ਆ ਹੂੰ ਤੇ ਉਹਦਾ ਅਲੱਗ ਹੀ ਪ੍ਰਭਾਵ ਮਾਈਂਡ ਦੇ ਉੱਤੇ ਪੈਂਦਾ ਹੈ ਹਾਂਜੀ ਔਰ ਸੈਕਿੰਡ ਦੂਸਰੀ ਚੀਜ਼ ਆ ਜਾਂਦੀ ਹੈ ਸਾਡੇ ਖਾਣਾ ਖਾਣ ਦਾ ਸਟਾਈਲ ਜੀ ਜਿਦੋਂ ਅਸੀਂ ਕਹਿੰਦੇ ਆ ਇੰਡੀਅਨ ਸਟਾਈਲ ਜੋ ਪੁਰਾਣਾ ਸਾਡਾ ਸਟਾਈਲ ਸੀਗਾ ਕਿ ਅਸੀਂ ਥੱਲੇ ਆਪਣੀ ਧਰਤੀ ਮਾਂ ਨਾਲ ਜੁੜ ਕੇ ਹਾਂ ਨੀਚੇ ਬੈਠ ਕੇ ਚੌਂਕੜੀ ਮਾਰ ਕੇ ਫਿਰ ਭੋਜਨ ਗ੍ਰਹਿਣ ਕਰਦੇ ਸੀ ਜਿਸ ਤਰ੍ਹਾਂ ਅੱਜ ਵੀ ਲੰਗਰ ਦੇ ਵਿੱਚ ਗੁਰੂ ਮਹਾਰਾਜ ਦੇ ਘਰ ਗੁਰਦੁਆਰੇ ਦੇ ਵਿੱਚ ਅੱਜ ਵੀ ਜੋ ਲੰਗਰ ਹੁੰਦਾ ਹੈ ਤੇ ਥੱਲੇ ਪੰਕਤੀਆਂ 'ਚ ਹੀ ਬੈਠ ਕੇ ਚੰਗੜੀ ਮਾਰ ਕੇ ਭੋਜਨ ਸਵੀਕਾਰ ਕੀਤਾ ਜਾਂਦਾ ਹੈ ਕੋਈ ਉੱਚ नीਚ ਦਾ ਭੇਦਭਾਵ ਨਹੀਂ ਕੋਈ ਛੋਟੇ ਵੱਡੇ ਦਾ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਬੰਨਾ ਕਿਸੇ ਭੇਦਭਾਵ ਤੋਂ ਬਿਲਕੁਲ ਇੱਕ ਸਮਾਨ ਜਿਵੇਂ ਅਸੀਂ ਧਰਤੀ ਮਨ ਲਈ ਵੀ ਇੱਕ ਸਮਾਨ ਹਾਂ ਜੀ ਅਸੀਂ ਉਸ ਪਰਮਾਤਮਾ ਲਈ ਵੀ ਇਕ ਸਮਾਨਾ ਤੇ ਉਹ ਜਿਹੜਾ ਇੱਕ ਸਟਾਈਲ ਸੀਗਾ ਜਾਂ ਉਹ ਜਿਹੜੀ ਇੱਕ ਆਦਤ ਸੀ ਉਹ ਇੱਕ ਨੈਚੁਰਲ ਹੈਬਿਟ ਜੋ ਸੀ ਉਹ ਸਾਡੇ ਲਈ ਬੈਨੀਫੀਸ਼ੀਅਲ ਸੀ ਬਿਲਕੁਲ ਇਹਨੋਂ ਵਸੇ ਪੁੱਲ ਗਏ ਹਾਂਜੀ ਅੱਜ ਦੀ ਡੇਟ ਵਿੱਚ ਅਸੀਂ ਵੈਸਟਰਨ ਆਦਤਾਂ ਨੂੰ ਅਪਣਾਉਣ ਵਾਸਤੇ ਜਾਂ ਉਹਨਾਂ ਨੂੰ ਅਪਣਾਉਂਦੇ ਅਪਣਾਉਂਦੇ ਮਾਡਰਨਿਟੀ ਨੂੰ ਅਪਣਾਉਂਦੇ ਅਪਣਾਉਂਦੇ ਅੱਜ ਅਸੀਂ ਟੇਬਲ ਚੇਅਰ ਤੇ ਆ ਗਏ ਹਾਂਜੀ ਹੁਣ ਮੈਡੀਕਲੀ ਅਗਰ ਸਾਇੰਟੀਫਿਕਲੀ ਮੈਡੀਕਲੀ ਜਾਂ ਹੈਲਥ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਖੀਏ ਤੇ ਤੁਸੀਂ ਦੇਖੋ ਟੇਬਲ ਹੈ ਐਦਾਂ ਹੀ ਬੈਠਣਾ ਨਾ ਚੇਅਰ ਤੇ ਬਿਲਕੁਲ ਔਰ ਬਸ ਐਦਾਂ ਤੁਸੀਂ ਇੱਥੋਂ ਚੱਕਣੀ ਹੈ ਬੁਰਕੀ ਤੇ ਇੱਥੇ ਮੂੰਹ ਚ ਪਾਣੀ ਹੈ ਹਾਂਜੀ ਐਦੇ ਨਾਲ ਕੀ ਹੋ ਰਿਹਾ ਹੈ ਮੇਰੇ ਪੇਟ ਦੀ ਮੇਰੇ ਲਾਰਜ ਐਂਡ ਸਮਾਲ ਇੰਟਰਸਟਾਈਨਸ ਦੀ ਕਿਡਨੀਸ ਦੀ ਲਿਵਰ ਦੀ ਕੋਈ ਵਰਕਿੰਗ ਨਹੀਂ ਹੋ ਰਹੀ ਹਾਂਜੀ ਸਿਰਫ ਸਾਡਾ ਹੱਥ ਚੱਲ ਰਿਹਾ ਹੈ ਹਮ ਐਂਡ ਹੈਂਡ ਮਤਲਬ ਪਲੇਟ ਟੂ ਮਾਉਥ ਹਮ ਇੰਨੀ ਇੱਕ ਐਕਸਰਸਾਈਜ਼ ਹੋ ਰਹੀ ਹੈ ਸਿਰਫ ਸਾਡੀ ਬਾਹਂ ਦੀ ਹੋ ਰਹੀ ਹੈ ਹਾਂਜੀ ਬਸ ਪਹਿਲਾਂ ਕੀ ਸੀਗਾ ਧਰਤੀ ਤੇ ਬੈਠੇ ਆ ਨੀਚੇ ਬੈਠੇ ਆ ਚੌਂਕੜੀ ਮਾਰ ਕੇ ਬੈਠੇ ਆ ਤਾਂ ਫਰਸਟ ਬੈਨੀਫਿਟ ਟੂ ਨੀਜ਼ ਹਮ ਚੌਂਕੜੀ ਮਾਰੀ ਹੈ ਨੀਜ਼ ਔਰ ਲੈਗਸ ਨੂੰ ਬੈਨੀਫਿਟ ਮਿਲ ਰਿਹਾ ਹੈ ਹਾਂਜੀ ਸੈਕੰਡ ਜਦੋਂ ਐਵਰੀ ਟਾਈਮ ਚੋਕ ਕੇ ਅਸੀਂ ਬੁਰਕੀ ਮੂੰਚ ਪਾਉਂਦੇ ਆ ਹਾਂਜੀ ਤਾਂ ਸਾਡੇ ਲਾਰਜ ਐਂਡ ਸਮਾਲ ਇੰਟਰਸਟਾਈਨ ਸਾਡਾ ਸਟਮਕ ਲਿਵਰ ਕਿਡਨੀਜ਼ ਹਰ ਵਾਰੀ ਕੰਟ੍ਰੈਕਟ ਐਂਡ ਐਕਸਪੈਂਡ ਹਾਂਜੀ ਕੰਟ੍ਰੈਕਟ ਐਂਡ ਐਕਸਪੈਂਡ ਬਿਲਕੁਲ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਉਹਨਾਂ ਆਰਗਨਸ ਨੂੰ ਜਿਹੜੇ ਡਾਈਜੈਸਟਿਵ ਆਰਗਨਸ ਐ ਹਾਂਜੀ ਉਹਨਾਂ ਨੂੰ ਤਾਕਤ ਮਿਲਦੀ ਹੈ ਜੀ ਤਾਂ ਸਾਡਾ ਜਿਹੜਾ ਖਾਣਾ ਹੈ डायजेस्ट होने विच बहुत मदद मिलती है ओनू hmm. आसानी हो जाती है डायजेशन हाँ पावर साडी वध जांदी है और खाना खाने तो बाद असी जे वज्रासन विच बैठ जांदे हां जी ता ओदा प्लस पॉइंट है होर hmm. बेनिफिट मिलता है Subscribe now and press the bell icon. Never miss an update.